ਕਿਸਾਨ ਵੀਰੋ, ਜਿਹੜੀ ਰਾਤ ਦੀ 12-11 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਬਾਰੀ ਹੁੰਦੀ ਹੈ ਰਾਤ ਦੀ, ਉਹ ਕਿਸਾਨ ਵੀਰੋ ਬਹੁਤ ਹੀ ਭੈੜੀ ਹੁੰਦੀ ਹੈ। ਨਾ ਉਹ ਵੇਲਾ ਹੁੰਦਾ, ਨਾ ਉਹ ਵੇਲਾ ਹੁੰਦਾ, ਨਾ ਬੰਦਾ ਸੌਂ ਸਕਦਾ ਅਤੇ ਨਾ ਬੰਦਾ ਜਾਗ ਸਕਦਾ। 11 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਰਾਤ ਦੀ ਬਾਰੀ ਹੈ, ਬਹੁਤ ਹੀ ਭੈੜੀ ਬਾਰੀ ਹੁੰਦੀ ਹੈ ਕਿਸਾਨ ਦੀ, ਮੋਟਰਾਂ ਦੀ ਵੀ ਅਤੇ ਨਹਿਰੀ ਪਾਣੀ ਦੀ ਵੀ। ਆ ਜਾਓ ਵੀ ਸਾਥੀਓ, ਪਾਣੀ ਬਹੁਤ ਹੀ ਡੂੰਘਾ ਹੈ, ਆਹ ਦੇਖ ਰਹੇ ਹੋ ਗੋਡੇ ਤੋਂ ਵੀ ਡੂੰਘਾ ਪਾਣੀ ਹੈ। ਅਤੇ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ, ਸਾਥੀ ਪਿਆਰੇ ਹੋ, ਕਿਸਾਨ ਦੀ ਜ਼ਿੰਦਗੀ ਹੈ ਇਹ, ਪਾਣੀ ਦੇ ਵਿੱਚ ਸੱਪ, ਕੀੜਾ, ਨਿਓਲਾ ਕੁਛ ਵੀ ਹੋ ਸਕਦਾ, ਪਰ ਕਮਾਈ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਰਿਸਕ ਲੈਣਾ ਪੈਂਦਾ। ਅਤੇ ਇੱਥੇ ਆਪਣਾ ਨੱਕਾ ਲੱਗਿਆ ਹੋਇਆ, ਜਿੱਥੇ ਆਹ ਇੱਟਾਂ ਰੋੜੇ ਇਹੋ ਜਿਹੇ ਨੱਕੇ ਦੇ ਉੱਪਰ ਰੱਖੇ ਹੋਏ ਨੇ, ਕਿਉਂਕਿ ਇੱਥੇ ਦੋ ਪੈਪ ਲਾਈਨਾਂ ਨੇ, ਦੋ। ਇੱਕ ਪੈਪ ਲਾਈਨ 'ਚ ਵੈਸੇ ਪਾਣੀ ਜਾ ਰਿਹਾ, ਦੂਜੀ ਪੈਪ ਲਾਈਨ 'ਚ ਤੁਸੀਂ ਆਪਾਂ ਜਿਹੜੀਆਂ ਪਿਛਲੀ ਵੀਡੀਓ ਵਿੱਚ ਦੇਖਿਆ, ਜਿੱਥੇ ਆਪਾਂ ਨੱਕੇ ਖੋਲ੍ਹ ਕੇ ਆਏ ਹਾਂ, ਉਹ ਪੈਪ ਲਾਈਨ ਦੇ ਵਿੱਚ ਆਪਾਂ ਪਾਣੀ ਹੁਣ ਵੱਢਾਂਗੇ, ਅਤੇ ਦੂਜੀ ਪੈਪ ਲਾਈਨ ਦੇ ਵਿੱਚ ਉਹ ਨੱਕਾ ਆਪਾਂ ਕੱਸ ਦਾਂਗੇ, ਅਤੇ ਆਪਣੇ ਵਾਲਾ ਇੱਥੇ ਨੱਕਾ ਖੋਲ੍ਹਾਂਗੇ। ਅਤੇ ਆਹ ਇੱਟਾਂ ਰੋੜੇ ਪਹਿਲਾਂ ਐਂ ਉੱਪਰ ਰੱਖੇ ਹੋਏ ਨੇ, ਅਤੇ ਇਹ ਦੇਖ ਰਹੇ ਹੋ। ਅਤੇ ਚਾਲ ਬਾਈ ਮਨਾ, ਚਾਲ ਬਾਈ ਮਨਾ, ਇੱਟਾਂ ਰੋੜੀ ਬਹੁਤ ਰੱਖ ਰਹੇ ਨੇ, ਆਹ ਦੇਖ ਲਓ। ਖੇਤ ਦੇ ਵਿੱਚ ਆਪਾਂ ਨਹਿਰੀ ਪਾਣੀ ਛੱਡ ਸਕਦੇ ਹਾਂ, ਅਤੇ ਖੋਲ੍ਹ ਚੁੱਕੇ ਹਾਂ, ਇਹ ਇਸ ਤਰ੍ਹਾਂ ਰੱਖ ਦਾਂਗੇ, ਅਤੇ ਇਸ ਤਰ੍ਹਾਂ ਇਹਦਾ ਪਾਣੀ ਆਪਾਂ ਖੋਲ੍ਹ ਦਾਂਗੇ ਜੀ। ਇਹ ਪੂਰਾ ਰਬੜ ਦਾ ਵਧੀਆ ਪ੍ਰਬੰਧ ਕਰਕੇ ਰੱਖਿਆ ਹੋਇਆ, ਆਹ ਦੇਖ ਰਹੇ ਹੋ ਤੁਸੀਂ ਕਿ ਨਹਿਰੀ ਪਾਣੀ ਆਪਣੇ ਖੇਤ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ। ਅਤੇ ਅੱਗਿਓਂ ਆਪਾਂ ਜਿੱਥੋਂ ਮੇਨ ਢੋਲੀਆਂ ਆਉਂਦੀਆਂ ਨੇ ਉੱਥੋਂ ਖੋਲ੍ਹ ਕੇ ਆਵਾਂਗੇ, ਬਣੇ ਰਹੋ ਵੀਡੀਓ 'ਤੇ ਜੀ। ਧੰਨਵਾਦ ਕਿਸਾਨ ਵੀਰੋ। ਸਤਿ ਸ਼੍ਰੀ ਅਕਾਲ ਵੀ ਸਾਥੀ ਪਿਆਰੇ ਹੋ, ਕਿਸਾਨ ਵੀਰੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਆਪਣੇ ਖੇਤ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਅੱਜ ਆਪਾਂ ਨਹਿਰ ਦੀ ਵਾਰੀ ਹੈ, ਅੱਜ ਆਪਾਂ ਨਹਿਰ ਦੀ ਵਾਰੀ ਵੱਢਾਂਗੇ। ਅਤੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ, ਕਿਉਂਕਿ ਕਿਸਾਨਾਂ ਦਾ ਜੋ ਕਿ ਆਉਣ ਵਾਲਾ ਸਮਾਂ, ਕੋਈ ਮੋਟਰਾਂ ਚਲਾ ਕੇ ਆਪਣੇ ਵਾਹਣ ਭਰ ਰਿਹਾ, ਕੋਈ ਨਹਿਰ ਦਾ ਪਾਣੀ ਲਾ ਕੇ ਖੇਤਾਂ ਦੇ ਵਿੱਚ ਆਪਣੀ ਪਾਣੀ ਦੀ ਸਿੰਚਾਈ ਕਰ ਰਿਹਾ। ਅਤੇ ਕਿਸਾਨ ਵੀਰੋ ਇੱਕ ਬਹੁਤ ਹੀ ਵਧੀਆ ਗੱਲ ਹੈ, ਜੋ ਕਿ ਮੋਟਰਾਂ ਵਾਲੀ ਲਾਈਟ ਹੈ, ਪੂਰੀ 8-10 ਘੰਟੇ ਸਵੇਰੇ 8 ਵਜੇ ਆ ਕੇ ਸ਼ਾਮ ਨੂੰ 5 ਵਜੇ ਤੱਕ ਲਗਾਤਾਰ ਮੋਟਰ ਚੱਲਦੀ ਹੈ ਜੀ। ਅਤੇ ਨਹਿਰ ਦਾ ਪਾਣੀ ਵੀ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਕਿਸਾਨ ਵੀਰੋ, ਕਿਉਂਕਿ ਪਾਣੀ ਅਤੇ ਲਾਈਟ ਦੀ ਇਸ ਟਾਈਮ ਆਪਣੇ ਏਰੀਏ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆ ਰਹੀ। ਕਿਸੇ ਨੇ ਵੀ ਕੋਈ ਸਰਕਾਰ ਆ ਜੋ ਇਸ ਟਾਈਮ ਕਿਸਾਨ ਵੀਰਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਜੀ। ਲਾਈਟ ਅਤੇ ਪਾਣੀ ਇਸ ਟਾਈਮ, ਪਾਣੀ ਨਹਿਰ ਦੇ ਵਿੱਚ ਵੀ ਪੂਰਾ ਚੱਲ ਰਿਹਾ, ਅਤੇ ਮੋਟਰਾਂ ਦਾ ਜੋ ਲਾਈਟ ਹੈ ਉਹ ਵੀ ਪੂਰੀ ਚੱਲ ਰਹੀ ਹੈ ਜੀ। ਇੱਧਰ ਆਪਾਂ ਨੇ 2 ਕਿੱਲੇ ਮਿਰਚਾਂ ਦੇ ਲਾਏ ਹੋਏ ਨੇ, ਜੋ ਕਿ ਆਪਣੇ ਖੇਤ ਦੇ ਗਵਾਂਢੀ ਨੇ 2 ਕਿੱਲੇ ਮਿਰਚਾਂ ਦੇ ਲਗਾਏ ਹੋਏ ਨੇ, ਪੂਰੀਆਂ ਫਲ ਫਲਾਕੇ 'ਤੇ ਤਿਆਰ ਨੇ ਜੀ। ਅਤੇ ਆਪਾਂ ਸਾਰਿਆਂ ਨੂੰ ਪਹਿਲਾਂ ਹੁਣ ਨਹਿਰ ਦਾ ਪਾਣੀ ਵੱਢਾਂਗੇ, ਕਿਉਂਕਿ ਸ਼ਾਮ ਦੀ ਵਾਰੀ ਹੈ। ਇਹ ਪਾਣੀ ਜਾ ਰਿਹਾ, ਉਹਨੇ ਕਿਹਾ ਵੀ 20 ਮਿੰਟ ਪਾਣੀ ਲੇਟ ਵੱਢ ਲਿਓ, 10 ਕੁ ਮੰਜਿਆਂ ਦਾ ਥਾਂ ਰਹਿ ਗਿਆ, ਤਾਂ ਆਪਾਂ 10 ਮੰਜਿਆਂ ਦਾ ਬਾਈ ਦਾ ਆਪਾਂ ਥਾਂ ਰਮਾਵਾਂਗੇ।
ਤਾਂ ਕਰਕੇ ਆਪਾਂ 7:44 'ਤੇ ਪਾਣੀ ਵੱਢਾਂਗੇ। 7:40 ਹੋ ਚੁੱਕੇ ਨੇ ਅਤੇ ਸਹੀ 7 ਇੱਟਾਂ ਰੋੜੀ ਬਹੁਤ ਨੇ ਪਤਿੰਦਰੋ। ਖੜਕੇ ਇਦੋਂ ਬਾਅਦ ਪਾਣੀ ਵੱਢਾਂਗੇ। ਪਹਿਲਾਂ ਚੈਕਿੰਗ ਜੀ ਕਰਦੇ ਹਾਂ ਪਾਣੀ ਦੀ। ਆਹ ਅਤੇ ਪਾਣੀ ਨਾਲ ਦੀ ਨਾਲ ਆਪਣੇ ਜਦੋਂ ਆਪਾਂ ਉਹ ਖੋਲ੍ਹਤਾ ਤਾਂ ਆਪਣੇ ਖੇਤ ਦੇ ਵਿੱਚ ਪਾਣੀ ਨਾਲ ਦੀ ਨਾਲ ਸ਼ੁਰੂ ਹੋ ਜੂਗਾ। ਕਿਉਂਕਿ ਜੋ ਕਿਸਾਨ ਵੀਰੋ ਜਿਹੜੀ ਰਾਤ ਦੀ 12-11 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਬਾਰੀ ਹੁੰਦੀ ਹੈ ਰਾਤ ਦੀ, ਉਹ ਕਿਸਾਨ ਵੀਰੋ ਬਹੁਤ ਹੀ ਭੈੜੀ ਹੁੰਦੀ ਹੈ। ਨਾ ਉਹ ਵੇਲਾ ਹੁੰਦਾ, ਨਾ ਉਹ ਵੇਲਾ ਹੁੰਦਾ, ਨਾ ਬੰਦਾ ਸੌਂ ਸਕਦਾ ਅਤੇ ਨਾ ਬੰਦਾ ਜਾਗ ਸਕਦਾ। 11 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਰਾਤ ਦੀ ਬਾਰੀ ਹੈ ਬਹੁਤ ਹੀ ਭੈੜੀ ਬਾਰੀ ਹੁੰਦੀ ਹੈ ਕਿਸਾਨ ਦੀ, ਮੋਟਰਾਂ ਦੀ ਵੀ ਅਤੇ ਨਹਿਰੀ ਪਾਣੀ ਦੀ ਵੀ। ਆ ਜਾਓ ਵੀ ਸਾਥੀਓ, ਦੇਖ ਰਹੇ ਹੋ ਲੈ ਵੀ ਕਿਸਾਨ ਵੀਰੋ, ਸਾਰਿਆਂ ਨੂੰ ਪਹਿਲਾਂ ਆਪਾਂ ਇਹ ਨੱਕਾ ਬੰਦ ਕਰਿਆ। ਇਹ ਨੱਕਾ ਆਪਾਂ ਨੇ ਗੋਲੇ ਕਸਤਾ ਅਤੇ ਇੱਧਰਲੀ ਡੱਗੀ ਅਗਲੀ ਖਾਲੀ ਹੈ ਅਤੇ ਇੱਧਰਲੀ 'ਚ ਪਾਣੀ ਖੜਿਆ ਅਤੇ ਉੱਧਰੋਂ ਆਪਾਂ ਲਿਆਵਾਂਗੇ ਵੱਢ ਕੇ ਜਿੱਥੋਂ ਢੋਲੀਆਂ ਦੱਬ ਕੇ ਆਪਣੇ ਇਹ ਖਾਲ ਹੈ ਜੋ ਨਹਿਰੀ ਖਾਲ ਆ ਢੋਲੀਆਂ ਕਰਕੇ ਖਤਮ ਹੁੰਦੇ ਜਾ ਰਹੇ ਨੇ। ਵੈਸੇ ਆਪਾਂ ਨੇ ਖਾਲ ਇਹ ਪੱਕਾ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਨਾ ਢਾਇਆ ਨਾ ਢਹਿਣ ਦੇਈਏ ਇਹਨੂੰ ਜਿੱਥੇ ਤੱਕ ਹੋ ਸਕੇ ਆਲੇ ਦੁਆਲੇ। ਇਹ ਲਵੇ ਵਾਲੇ ਕਿਸਾਨ ਵੀਰ ਵੱਲੋਂ ਮਿੱਟੀ ਵੀ ਲਗਾਈ ਗਈ ਹੈ। ਵੈਸੇ ਤਾਂ ਇੱਧਰਲੀ ਸਾਈਡ ਘੱਟ ਮਿੱਟੀ ਲੱਗੀ ਹੋਈ ਹੈ ਅਤੇ ਇੱਧਰਲੀ ਸਾਈਡ ਜ਼ਿਆਦਾ ਲੱਗੀ ਹੋਈ ਹੈ ਤਾਂ ਕਿ ਆਪਾਂ ਜਦੋਂ ਇਹਦੀ ਇਹ ਜ਼ਮੀਨ ਦੀ ਵਹਾਈ ਕਰਾਂਗੇ ਤਾਂ ਨਾਲ ਦੀ ਨਾਲ ਇਹ ਖਾਲ ਦੀ ਪਾਟੜੀ ਦੇ ਲਵੇ ਆਪਾਂ ਮਿੱਟੀ ਕਹਿ ਕੇ ਲਗਵਾਵਾਂਗੇ ਜੀ, ਤਾਂ ਕਿ ਇਹ ਖਾਲ ਡਿੱਗੇ ਨਾ ਅਤੇ ਬਣਿਆ ਰਹੇ। ਅਤੇ ਢੋਲੀਆਂ ਦੱਬਣ ਕਰਕੇ ਨਹਿਰੀ ਪਾਣੀ ਖੇਤ ਦੇ ਵਿੱਚ ਹਰ ਇੱਕ ਕਿਸਾਨ ਦੇ ਆਪਣੇ ਆਪਣੇ ਕਈ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਨਹਿਰੀ ਢੋਲੀਆਂ ਦੱਬ ਕੇ ਨਹਿਰ ਦਾ ਪਾਣੀ ਆਪਣੇ ਖੇਤ ਦੇ ਵਿੱਚ ਪ੍ਰਬੰਧ ਕੀਤੇ ਹੋਏ ਨੇ। ਕਈ ਕਈ ਘਰਾਂ ਨੇ ਆਪਣੇ ਕਿੱਲਿਆਂ ਦੇ ਮੁਤਾਬਕ ਪੈਸੇ ਪਾ ਕੇ ਨਹਿਰੀ ਪਾਣੀ ਆਪਣੇ ਖੇਤਾਂ ਦੇ ਵਿੱਚ ਲਿਆਂਦਾ ਹੋਇਆ। ਅਤੇ ਇਹ ਸਾਹਮਣੇ ਆਪਣੀ ਮੋਟਰ ਹੈ ਅਤੇ ਆਪਣੀ ਬਾਈਕ ਖੜ੍ਹੀ ਹੈ ਜਿਹਦੇ ਟੈਗ ਲੱਗਿਆ ਹੋਇਆ ਜੱਗੀ ਮੋਟੋ ਬਲੌਗ ਯੂਟਿਊਬ ਚੈਨਲ। ਤੁਸੀਂ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਅਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਅਤੇ ਮਰੂਦਾਂ ਦਾ ਪੇਡਾ ਲਗਾਇਆ ਹੋਇਆ ਜਿਹਦੇ ਬਹੁਤ ਹੀ ਵਧੀਆ ਮਰੂਦ ਨੇ ਅਤੇ ਇਹ ਆਪਣੇ ਦੇਸੀ ਅੰਬ ਹੈ ਜੀ, ਅੰਬ ਦਾ ਪੇਡਾ ਅਤੇ ਬਹੁਤ ਹੀ ਲੱਗਦੇ ਨੇ ਤਾਂ ਕਿ ਪਿਛਲੀ ਵਾਰੀ ਕਿਸਾਨ ਵੀਰ ਇਹਨੂੰ ਮਚਾ ਮਚੂਦਾਂ ਦਾ ਅਤੇ ਆਪਾਂ ਅੱਗ ਨਹੀਂ ਲਾਈ ਇਹਨੂੰ ਅਸੀਂ ਬਹਾਂਗੇ ਇਹਦੇ ਵਿੱਚ ਅੱਜ ਪਾਣੀ ਛੱਡਾਂਗੇ। ਬਣੇ ਰਹੋ ਵੀਡੀਓ 'ਤੇ। ਚੱਲਦੇ ਹਾਂ ਹੁਣ ਆਪਾਂ ਢੋਲੀਆਂ ਵੱਲ ਅਤੇ ਇਹ ਵੀ ਖਾਲ ਆ ਜੋ ਆਪਾਂ ਖੇਤ ਹੈ ਇੱਧਰ 2.5 ਕਿੱਲਿਆਂ ਦਾ ਪੱਟਾ ਹੈ ਮੋਟਰ ਵਿੱਚ ਹੈ ਅਤੇ 1.5 ਕਿੱਲਾ ਉੱਧਰ ਨਾਲਾ ਪਾਰ ਹੈ ਜੀ ਜੋ ਕਿ ਡਰੇਨ ਦੇ ਪਰਲੀ ਸਾਈਡ 1.5 ਕਿੱਲਾ। ਉਰੇ 4 ਕਿੱਲਿਆਂ ਦਾ ਪੱਟਾ ਹੈ ਜੀ ਆਪਣਾ ਜੋ ਕਿ 4 ਕਿੱਲਿਆਂ ਦੀ ਆਪਾਂ ਇਹਨੂੰ ਅੱਗ ਨਹੀਂ ਲਾਉਂਦੇ ਇਹਨੂੰ ਵਿੱਚ ਬਾਹਾਂਗੇ। ਅੱਗ ਨਹੀਂ ਲਗਾਉਂਦੇ ਇਹ ਸਾਰੀ ਵਿੱਚ ਵਾਹ ਕੇ ਕੋਸ਼ਿਸ਼ ਕਰਾਂਗੇ ਵੀ ਇਹਦੀ ਰੇਹ ਬਣ ਜਾਵੇ ਨਾਲੇ ਕੋਸ਼ਿਸ਼ ਕਰਾਂਗੇ ਵੀ ਇਹ 'ਚ ਹਰੇ ਚਾਰੇ ਵਾਲੀ ਮੱਕੀ ਬੀਜੀ ਜਾਵੇ। ਅਤੇ ਖਾਲ ਵੀ
ਪੱਟੀ ਮੇਜ ਕਰਕੇ ਥਾਂ ਥਾਂ ਤੋਂ ਬੇਗੌਰੀ ਹੋ ਰਹੀ ਹੈ ਖਾਲ ਦੀ ਵੀ, ਕਿਉਂਕਿ ਜ਼ਮੀਨ ਠੇਕੇ 'ਤੇ ਦੇਣ ਹੋਣ ਕਾਰਨ ਥੋੜ੍ਹੀ ਜਿਹੀ ਸਮਾਈ ਘੱਟ ਰਹੀ ਸੀ। ਐਤਕੀ ਕੋਸ਼ਿਸ਼ ਕਰਾਂਗੇ ਕਿ ਠੇਕੇ ਵਾਲੇ ਕਿਸਾਨ ਵੀਰ ਨਾਲ ਆਪਾਂ ਉਹਦਾ ਸਾਥ ਦੇ ਕੇ ਆਪਣੇ ਖੇਤ ਦੀ ਬਹੁਤ ਵਧੀਆ ਵੱਟਾਂ ਡੌਲਾਂ ਦੀ ਪ੍ਰਬੰਧ ਰੱਖਾਂਗੇ, ਕਰਕੇ ਨਾ ਕਿਸੇ ਦੀ ਵੱਟ ਵੱਢਣੀ ਹੈ ਨਾ ਵੱਢਣ ਦੇਣੀ ਹੈ ਬਾਈ, ਕਿਉਂਕਿ ਵੱਟਾਂ ਦਾ ਬੁਰਾ ਹਾਲ ਹੋ ਰਿਹਾ। ਤੁਸੀਂ ਇੱਕ ਗੱਲ ਦੇਖੋ, ਆਹ ਲਵੇ ਵਾਲੇ ਕਿਸਾਨ ਵੀਰ ਵੱਲੋਂ ਅੱਗ ਲਾਈ ਗਈ ਤਾਂ ਸਾਰਾ ਦਰਖਤ ਇਦੋਂ ਪਹਿਲਾਂ ਮੱਚ ਚੁੱਕਿਆ ਇਹ। ਲੈ ਵੀ ਹੁਣ ਆਪਾਂ ਇਹ ਆਪਣੇ ਖੇਤ ਦੇ ਵਿੱਚ ਨੱਕੇ ਬਹੁਤ ਹੀ ਤਰੀਕੇ ਨਾਲ ਬਣਾਏ ਹੋਏ ਨੇ। ਸਾਰਿਆਂ ਨੂੰ ਪਹਿਲਾਂ ਤੁਸੀਂ ਸਾਥੀਓ ਜੋ ਖੇਤ ਦੇ ਵਿੱਚ ਪਾਈਪਲਾਈਨ ਦੱਬੀ ਹੋਈ ਹੈ ਤਾਂ ਇਸ ਤਰ੍ਹਾਂ ਉਹ ਨੱਕਿਆਂ ਨੂੰ ਸਿੰਚਾਈ ਕਰਦੇ ਰਿਹਾ ਕਰੋ, ਤਾਂ ਕਿ ਨੱਕਾ ਲਾਉਣਾ ਅਤੇ ਖੋਲ੍ਹਣਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਆਪਾਂ ਨੇ ਤਿਆਰ ਕਰਕੇ ਲਾਏ ਹੋਏ ਨੇ। ਤਾਂ ਬਸ ਇਕੱਲਾ ਖੋਲ੍ਹਣੀ ਹੈ, ਖੋਲ੍ਹ ਕੇ ਖੇਤ ਦੇ ਵਿੱਚ ਆਪਾਂ ਨਹਿਰੀ ਪਾਣੀ ਛੱਡ ਸਕਦੇ ਹਾਂ, ਅਤੇ ਖੋਲ੍ਹ ਚੁੱਕੇ ਹਾਂ। ਇਹ ਇਸ ਤਰ੍ਹਾਂ ਰੱਖ ਦਾਂਗੇ ਅਤੇ ਇਸ ਤਰ੍ਹਾਂ ਇਹਦਾ ਪਾਣੀ ਆਪਾਂ ਖੋਲ੍ਹ ਦਾਂਗੇ ਜੀ। ਇਹ ਪੂਰਾ ਰਬੜ ਦਾ ਵਧੀਆ ਪ੍ਰਬੰਧ ਕਰਕੇ ਰੱਖਿਆ ਹੋਇਆ। ਆਹ ਦੇਖ ਰਹੇ ਹੋ ਤੁਸੀਂ ਕਿ ਨਹਿਰੀ ਪਾਣੀ ਆਪਣੇ ਖੇਤ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ, ਅਤੇ ਅੱਗਿਓਂ ਆਪਾਂ ਜਿੱਥੋਂ ਮੇਨ ਢੋਲੀਆਂ ਆਉਂਦੀਆਂ ਨੇ ਉੱਥੋਂ ਖੋਲ੍ਹ ਕੇ ਆਵਾਂਗੇ। ਬਣੇ ਰਹੋ ਵੀਡੀਓ 'ਤੇ ਜੀ, ਧੰਨਵਾਦ ਕਿਸਾਨ ਵੀਰੋ। ਲੈ ਵੀ ਕਿਸਾਨ ਵੀਰੋ, ਇਹ ਆ ਰਹੀਆਂ ਨੇ ਢੋਲੀਆਂ ਉੱਧਰੋਂ, ਅਤੇ ਇੱਥੇ ਆਪਣਾ ਸਾਰੇ ਯੰਤਰ ਆ ਗਏ ਜਿੱਥੇ ਅੱਡੋ ਅੱਡ ਪਾਈਪਲਾਈਨਾਂ ਦੱਬੀਆਂ ਹੋਈਆਂ ਨੇ, ਅਤੇ ਇਹ ਉੱਪਰ ਵੱਲ ਜਾ ਰਿਹਾ ਪਾਣੀ। ਇਹ ਉੱਪਰਲੇ ਨੱਕੇ 'ਤੇ ਪੂਰਾ ਪਾਣੀ ਇਸ ਟਾਈਮ ਚੜਿਆ ਹੋਇਆ, ਅਤੇ ਆਹ ਪਾਣੀ ਦੇਖ ਰਹੇ ਹੋ ਤੁਸੀਂ, ਨੱਕਾ ਦੂਜਾ ਖੋਲ੍ਹਿਆ ਹੋਇਆ। ਅਤੇ ਇਦੋਂ ਬਾਅਦ ਆਪਾਂ ਇਹ ਪਾਣੀ ਦੇ ਵਿੱਚ ਵੜ ਕੇ ਚੈੱਕ ਕਰਾਂਗੇ। ਤੁਸੀਂ ਦੇਖ ਰਹੇ ਹੋ ਜੋ ਕਿ ਇਹ ਪਾਣੀ ਹੈ ਬਹੁਤ ਹੀ ਡੂੰਘਾ, ਆਹ ਦੇਖ ਰਹੇ ਹੋ ਗੋਡੇ ਤੋਂ ਵੀ ਡੂੰਘਾ ਪਾਣੀ ਹੈ। ਅਤੇ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ, ਸਾਥੀ ਪਿਆਰਿਓ, ਕਿਸਾਨ ਦੀ ਜ਼ਿੰਦਗੀ ਹੈ ਇਹ, ਪਾਣੀ ਦੇ ਵਿੱਚ ਸੱਪ ਕੀੜਾ ਨਿਓਲਾ ਕੁਛ ਵੀ ਹੋ ਸਕਦਾ, ਪਰ ਕਮਾਈ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਰਿਸਕ ਲੈਣਾ ਪੈਂਦਾ। ਅਤੇ ਇੱਥੇ ਆਪਣਾ ਨੱਕਾ ਲੱਗਿਆ ਹੋਇਆ ਜਿੱਥੇ ਆਹ ਇੱਟਾਂ ਰੋੜੇ ਇਹੋ ਜਿਹੇ ਨੱਕੇ ਦੇ ਉੱਪਰ ਰੱਖੇ ਹੋਏ ਨੇ, ਕਿਉਂਕਿ ਇੱਥੇ ਦੋ ਪਾਈਪਲਾਈਨਾਂ ਨੇ। ਦੋ, ਇੱਕ ਪਾਈਪਲਾਈਨ 'ਚ ਵੈਸੇ ਪਾਣੀ ਜਾ ਰਿਹਾ, ਦੂਜੀ ਪਾਈਪਲਾਈਨ 'ਚ ਤੁਸੀਂ ਆਪਾਂ ਜਿਹੜੀਆਂ ਪਿਛਲੀ ਵੀਡੀਓ ਵਿੱਚ ਦੇਖਿਆ ਜਿੱਥੇ ਆਪਾਂ ਨੱਕੇ ਖੋਲ੍ਹ ਕੇ ਆਏ ਹਾਂ, ਉਹ ਪਾਈਪਲਾਈਨ ਦੇ ਵਿੱਚ ਆਪਾਂ ਪਾਣੀ ਹੁਣ ਵੱਢਾਂਗੇ, ਅਤੇ ਦੂਜੀ ਪਾਈਪਲਾਈਨ ਦੇ ਵਿੱਚ ਉਹ ਨੱਕਾ ਆਪਾਂ ਕੱਸ ਦਾਂਗੇ, ਅਤੇ ਆਪਣੇ ਵਾਲਾ ਇੱਥੇ ਨੱਕਾ ਖੋਲ੍ਹਾਂਗੇ। ਅਤੇ ਆਹ ਇੱਟਾਂ ਰੋੜੇ ਪਹਿਲਾਂ ਐਂ ਉੱਪਰ ਰੱਖੇ ਹੋਏ ਨੇ, ਅਤੇ ਇਹ ਦੇਖ ਰਹੇ ਹੋ। ਅਤੇ ਚਿਆਲ ਬਾਈ ਮਨਾ, ਚਿਆਲ ਬਾਈ ਮਨਾ, ਇੱਟਾਂ ਰੋੜੀ ਬਹੁਤ ਰੱਖ ਗਏ ਨੇ, ਆਹ ਦੇਖ ਲਓ ਇੱਟਾਂ ਰੋੜੀ ਬਹੁਤ ਰੱਖ ਰੱਖੇ ਨੇ। ਪਾਣੀ ਹੈ ਇੰਨਾ ਗੋਡੇ ਗੋਡੇ ਆਪਣੇ ਗੋਡੇ ਤੋਂ ਵੀ ਉੱਪਰ ਪਾਣੀ ਹੈ ਜੀ ਇਹ। ਅਤੇ ਇਹ ਨੱਕਾ ਆਪਾਂ ਖੋਲ੍ਹਾਂਗੇ ਹੁਣ, ਕਿਉਂਕਿ ਪਹਿਲਾਂ ਜਿਹੜੇ ਕਿਸਾਨ ਵੀਰ ਦੇ ਇਹ ਪਾਣੀ ਜਾ ਰਿਹਾ ਉਹਨੇ ਕਿਹਾ ਵੀ 20 ਮਿੰਟ ਪਾਣੀ ਲੇਟ ਵੱਢ ਲਿਓ, 10 ਕੁ ਮੰਜਿਆਂ ਦਾ ਥਾਂ ਰਹਿ ਗਿਆ, ਤਾਂ ਆਪਾਂ 10 ਮੰਜਿਆਂ ਦਾ ਬਾਈ ਦਾ ਆਪਾਂ ਥਾਂ ਰਮਾਵਾਂਗੇ। ਤਾਂ ਕਰਕੇ ਆਪਾਂ
7:44 ਤੇ ਪਾਣੀ ਵੱਢਾਂਗੇ। 7:40 ਹੋ ਚੁੱਕੇ ਨੇ ਤੇ ਸਹੀ 7 ਇੱਟਾਂ ਰੋੜੀ ਬਹੁਤ ਨੇ ਪਤਿੰਦਰੋ। ਖੜਕੇ ਇਦੋਂ ਬਾਅਦ ਪਾਣੀ ਵੱਢਾਂਗੇ। ਇਹ ਪਹਿਲਾਂ ਚੈਕਿੰਗ ਜੀ ਕਰਦੇ ਹਾਂ ਪਾਣੀ ਦੀ। ਆਹ ਤੇ ਪਾਣੀ ਨਾਲ ਦੀ ਨਾਲ ਆਪਣੇ ਜਦੋਂ ਆਪਾਂ ਉਹ ਖੋਲਤਾ ਤਾਂ ਆਪਣੇ ਖੇਤ ਦੇ ਵਿੱਚ ਪਾਣੀ ਨਾਲ ਦੀ ਨਾਲ ਸ਼ੁਰੂ ਹੋ ਜੂਗਾ, ਕਿਉਂਕਿ ਜ਼ੋਰ ਲੱਗੂ ਆਪਾਂ ਖੜਜੀ ਹੈਲਾ ਖੜਕੇ ਵੱਢਾਂਗੇ ਪਾਣੀ ਪੂਰਾ ਟਾਈਮ 10 ਮਿੰਟ ਲੰਘਾ ਕੇ ਜੀ। ਧੰਨਵਾਦ ਵੀ ਸਾਥੀਓ। ਲੈ ਵੀ ਕਿਸਾਨ ਵੀਰੋ, ਢੋਲੀਆਂ ਤੋਂ ਉੱਥੋਂ ਖੋਲਿਆ ਜੀ ਆਪਾਂ ਨੇ ਪਾਣੀ, ਅਤੇ ਉਰੇ ਪਾਣੀ ਢੋਲੀਆਂ 'ਚੋਂ ਨਿਕਲ ਕੇ ਜਿੱਥੇ ਆਪਾਂ ਪਹਿਲਾਂ ਨੱਕਾ ਖੋਲ੍ਹ ਕੇ ਗਏ ਸੀ, ਪਾਣੀ ਪੂਰਾ ਇਸ ਟਾਈਮ ਆਪਣੇ ਖੇਤ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਅਤੇ ਖਿੰਡਣਾ ਸ਼ੁਰੂ ਹੋ ਗਿਆ। ਇਹ ਆਪਣਾ ਅੰਬ ਦੇਖ ਰਹੇ ਹੋ ਤੁਸੀਂ, ਹਰੇ ਬਾਈ ਮਾਰ ਰਿਹਾ ਇਹਦੀ ਜੜ 'ਚ ਵੀ ਪਾਣੀ। ਇਹਦੀ ਜੜ 'ਚ ਵੀ ਪਾਣੀ ਪਹੁੰਚਾਇਆ ਉੱਧਰ ਮਰੂਦ ਦੀ ਜੜ 'ਚ ਸੇਮ ਨਾਲ, ਵੀ ਤਾਂ ਕਿ ਇਹ ਬਹੁਤ ਵਧੀਆ ਅੱਗੇ ਅੱਗੇ ਫਟਾਰ ਕਰੇ ਜੀ। ਇਹ ਪਾਣੀ ਆਪਣੇ ਖੇਤ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਜੀ। ਧੰਨਵਾਦ ਵੀ ਸਾਥੀਓ।